ਅੱਛੀ ਦਿਆ ਓ ਮੀ ਦਿਆ ਆ ਜਾ ਆ ਜਾ ਤੇਰਾ ਭਾਈ ਬਦਮਾਸ਼ ਨੇ ਜਿਹੜਾ ਇਹਨੂੰ ਤੇ ਕਰ ਲੋ ਕੁਝ ਨਹੀਂ ਸਰਦਾਰ ਜੀ ਆ ਜਾ ਸਰਦਾਰ ਜੀ ਅੱਜ ਕਿਤੇ ਕਿਤੇ ਚੱਕਰ ਲਾ ਗਏ ਮੈਂ ਯਾਰ ਅੱਜ ਬਾਜ਼ਾਰ ਫੇਰ ਕੇ ਆ ਮੁਰਗੀ ਤਲੀ ਦੀ ਖਾਦੀ ਆ ਮੱਛੀ ਖਾਦੀ ਆ ਸਾਨੂੰ ਖਿਲਾ ਦੇ ਨਹੀਂ ਜੀ ਉਹ ਤੁਸੀਂ ਮੈਨੂੰ ਲੱਭੇ ਨਹੀਂ ਮੈਂ ਸੋਚਿਆ ਸੀ ਨਾਲੇ ਆ ਲੋਕਾਂ ਕੋਲ ਟੈਕਸ ਟੁਕਸ ਲੈ ਕੇ ਆਂਦੇ ਤੇ ਨਾਲੇ ਤੁਹਾਨੂੰ ਵੀ ਖਵਾਉਂਦੇ ਕੱਲ ਚਲਿਓ ਤੁਸੀਂ ਮੇਰੇ ਨਾਲ ਬਦਮਾਸ਼ੀ ਦਾ ਵੀ ਆਪਣਾ ਹੀ ਮਜ਼ਾ ਹੈ ਆ ਅਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਕੀ ਹਾਲ ਆ ਜੀ ਠੀਕ ਹੋ ਜੀ ਅੱਲਾ ਦਾ ਸ਼ੁਕਰ ਆ ਕਾਕਾ ਕਿੱਧਰ ਆਇਆ ਮੈਂ ਤੁਹਾਡੇ ਵਾਲ ਆਇਆ ਸੀ ਜੀ ਕੰਮ ਹੀ ਆਇਆ ਸੀ ਖੈਰ ਆ ਯਾਰ ਉਹ ਜਾਨਵਰ ਮੇਰਾ ਖੁੱਲ ਗਿਆ ਦਾ ਸੀ ਅੱਛਾ ਤੇ ਉਹ ਪੱਠਿਆਂ 'ਚ ਪੈ ਗਏ ਦਾ ਸੀ ਸਰਦਾਰਾਂ ਦੇ ਅਤੇ ਉਹਨਾਂ ਨੇ ਫੜ ਕੇ ਬੰਨ ਛੱਡਿਆ ਉਹਨਾਂ ਦੇ ਮੁਲਾਜ਼ਮ ਨੇ ਤਾਂ ਕੀ ਹੁਣ ਨਹੀਂ ਦਿੰਦੇ ਹੁਣ ਜਾਨਵਰ ਨਹੀਂ ਦੇ ਰਹੇ ਜੀ ਉੱਧਰ ਹੀ ਜਾਣਾ ਜੀ ਜੇ ਮਿਹਰਬਾਨੀ ਚਲੋਗੇ ਤਾਂ ਮੈਂ ਚੱਲ ਲਿਆ ਕਿਹੜੀ ਗੱਲ ਆ ਕਿਹੜਾ ਸਰਦਾਰ ਆ ਜਿਹੜਾ ਤੇਰਾ ਜਾਨਵਰ ਨਹੀਂ ਦਿੰਦਾ ਸਾਡੇ ਹੁੰਦੇ ਆ ਇਹ ਨਾਲ ਹੀ ਡੇਰੇ ਦੇ ਆ ਜੀ ਚਲਾ ਮੇਰੇ ਨਾਲ ਆ ਚਲੋ ਜੀ ਦੇਖ ਲੈਂਦੇ ਹਾਂ ਕਿਹੜਾ ਸਰਦਾਰ ਆ ਇਹ ਜਾਨਵਰ ਆ ਜੀ ਆਪਣਾ ਕਿਹੜਾ ਇਹ ਜਾਨਵਰ ਇਹ ਬੱਛਾ ਇਹ ਬੱਛਾ ਹਾਂਜੀ ਸਰਦਾਰ ਸਾਹਿਬ ਉਹ ਕੌਣ ਆ ਬਈ ਸਰਦਾਰ ਸਾਹਿਬ ਕੀ ਹਾਲ ਨੇ ਠੀਕ ਆ ਤੁਸੀਂ ਸੁਣਿਆ ਮੁੰਡੇ ਦਾ ਬੱਛਾ ਨਹੀਂ ਦੇ ਰਹੇ ਉਹ ਕਿਹੜਾ ਮੁੰਡਾ ਤੇ ਕੌਣ ਬੱਛਾ ਦੱਸ ਹੋਏ ਤੁਹਾਨੂੰ ਮੇਰਾ ਬੱਚਾ ਜੀ ਤੁਸੀਂ ਫਾਲਟ ਕੇ ਬੰਨ ਲੈ ਲਾ ਡੇਰੇ ਜੀ ਅੱਛਾ ਹਾਂਜੀ ਉਹ ਬੱਛਾ ਤੇਰਾ ਹਾਂਜੀ ਹਾਂਜੀ ਇਹ ਕੌਣ ਹੈ ਇਹ ਮੇਰੇ ਨਾਲ ਆਇਆ ਜੀ ਬਦਮਾਸ਼ ਅੱਛਾ ਜੀ ਹਾਂਜੀ ਇਹ ਭਾਈ ਬਦਮਾਸ਼ ਹੈ ਹਾਂਜੀ ਤੁਸੀਂ ਬੱਛਾ ਕਿਉਂ ਨਹੀਂ ਦਿੰਦਾ ਤੂੰ ਆਉਂਦਾ ਬਈ ਅੱਛੀ ਦਿਆ ਉਹ ਮੀ ਦਿਆ ਕਿਹੜਾ ਬੱਛਾ ਉਹ ਕਿੱਥੋਂ ਲਿਆਂਦਾ ਬੱਛਾ ਓਏ ਪਹਿਲਾਂ ਸਰਦਾਰ ਦੇਖਿਆ ਜਿਹੜਾ ਬਹਿਣ ਵਾਲੋਂ ਵੀ ਨਹੀਂ ਆਖਣ ਰਿਹਾ ਕਿਸੇ ਨੂੰ ਹਾਂ ਸਰਦਾਰ ਫਿਰ ਘੱਟੀ ਕਹਿੰਦੇ ਨੇ ਬਦਮਾਸ਼ਾਂ ਨੂੰ ਬਹਿਣ ਵਾਲੋ ਬਦਮਾਸ਼ਾਂ ਨਾਲ ਤੇ ਫਿਰ ਚਲੋ ਆਪੇ ਬਾਈ ਨੇ ਅਸੀਂ ਦੇਖ ਲੈਂਦੇ ਹਾਂ ਸਰਦਾਰ ਨੂੰ ਚਲੋ ਬੈਠੋ ਖੈਰ ਬੱਬਰ ਸ਼ੇਰਾ ਤੁਸੀਂ ਬੱਛਾ ਕਿਹੜੀ ਗੱਲ ਤੁਹਾਨੂੰ ਦੇਣ ਰਹੇ ਜਵਾਨਾ ਇਹ ਭਾਈ ਬਦਮਾਸ਼ ਆ ਬੱਛਾ ਤੇਰਾ ਹਾਂਜੀ ਬੱਛਾ ਮੇਰਾ ਹੀ ਮੈਂ ਤੁਹਾਡੇ ਮੁਲਾਜ਼ਮਾਂ ਕੋ ਆਇਆ ਬੱਛਾ ਲੈਣ ਆਣਾ ਫੜ ਕੇ ਬੰਨ ਲੇਦਾ ਅੱਛਾ ਤੇ ਤੁਹਾਡੇ ਮੁਲਾਜ਼ਮ ਬੱਛਾ ਨਹੀਂ ਦੇਣ ਦੇ ਕਿਹੜੀ ਗੱਲ ਤੋਂ ਬੱਛਾ ਨਹੀਂ ਦੇ ਰਿਹਾ ਸਰਦਾਰਾ ਬੱਛਾ ਤੇ ਯਾਰ ਉੱਥੇ ਚੁਗਦਾ ਪਿਆ ਸੀ ਤੇ ਮੁੰਡੇ ਨੇ ਆਣ ਕੇ ਦੱਸਿਆ ਤੇ ਮੈਂ ਕਿਹਾ ਯਾਰ ਲੈ ਬਾ ਕੋ ਬੱਛਾ ਲੈ ਹੀ ਨਾ ਜਾਏ ਥੋੜਾ ਕਿਸੇ ਦੇ ਕਾਬੂ ਚੜੇ ਕੋ ਲੈ ਦੇ ਤਾਂ ਬੱਛਾ ਹੋਏਗਾ ਆਪੇ ਆਣ ਕੇ ਡੇਰੋ ਲੈ ਜਾਏਗਾ ਚਲੋ ਤੂੰ ਤੇ ਖੋਲ ਹਾਂ ਬੱਛਾ ਹਾਂਜੀ ਤੇ ਤੂੰ ਚੱਲ ਤੇ ਭਾਈ ਯਾਰ ਨਾਲ ਅਸੀਂ ਨਿਬੜਨਾ ਬਦਮਾਸ਼ਾਂ ਨਾਲ ਤੇ ਅਸੀਂ ਆਪ ਬਹੁਤ ਵੱਡੇ ਬਦਮਾਸ਼ ਆ ਤੇ ਸ਼ਰੀਫਾਂ ਨਾਲ ਸ਼ਰੀਫ ਆ ਉਹ ਤੂੰ ਕਿਦਾਂ ਨੂੰ ਬਾਕੀ ਦਾ ਕਰ ਲੈਣੇ ਅਸੀਂ ਤਾਂ ਹੁਣ ਲਾ ਕੇ ਹੁਣ ਬੈਠੋ ਬਾਬੇ ਹੁਣ ਤੇ ਮੈਨੂੰ ਕਾਹਨੂੰ ਕੱਲਾ ਛੱਡ ਚਲਿਆ ਤੂੰ ਹੀ ਗੱਲ ਬਾਤ ਥੋੜੀ ਕਰ ਲੋ ਉਹ ਜੀ ਦਿਆ ਉਹ ਵੀ ਦਿਆ ਹੋਰ ਜਰਾ ਓਏ ਓਏ ਉਹ ਤਾਂ ਲੈ ਬਹੁਤ ਤੇਲ ਵਾਲੀ ਬੋਤਲ ਤੇ ਉਰਾ ਉਹ ਜਰਾ ਕੇ ਉਹ ਕੀ ਕਰਨੀ ਆ ਬੋਤਲ ਸਰਦਾਰਾ ਕੀ ਕਰਨੀ ਆ ਬੋਤਲ ਤੂੰ ਮਾਲਿਸ਼ ਕਰਦੀ ਆ ਮਾਲਿਸ਼ ਮਾਲਿਸ਼ ਕਿਹਦੀ ਕਰਨੀ ਆ ਮੇਰੀ ਮਾਲਿਸ਼ ਕਰਨੀ ਆ ਲਿਆ ਜਰਾ ਲਿਆ 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 ਆ ਜਾਓ ਟਾਈਮ ਨਾਲ ਏ ਮੈਂ ਸਰਦਾਰ ਜੀ ਤੁਹਾਨੂੰ ਕੀ ਗਿਆ ਇਹ ਡੇਰਾ ਅਮਰਨਾਥ ਸਰਦਾਰਾਂ ਦਾ ਡੇਰਾ ਇੱਥੇ ਬਦਮਾਸ਼ੀ ਤੇ ਚੱਲਦੀ ਨਹੀਂ ਉਹ ਬੱਛੇ ਵਾਲਾ ਤੇ ਆਇਆ ਹੀ ਨਹੀਂ ਤੇ ਤੈਨੂੰ ਭਾਈ ਬਦਮਾਸ਼ ਨੂੰ ਲੈ ਆਇਆ ਤੇ ਤੁਸੀਂ ਉਹਦਾ ਬੱਛਾ ਦੇਤਾ ਤੇ ਮੈਨੂੰ ਕੀ ਕਰਨਾ ਤੇਰਾ ਹੁਣ ਕਰਨਿਆ ਨਾ ਉੱਥੇ ਤੇਰਾ ਆਪਰੇਸ਼ਨ ਕਰਨੇ ਆ ਤੈਨੂੰ ਦੱਸਣਾ ਵੀ ਬਦਮਾਸ਼ੀ ਹੁੰਦੀ ਕਿਸ ਤਰ੍ਹਾਂ ਤੁਸੀਂ ਲੋਕ ਕਰਦੇ ਕਿਸ ਤਰ੍ਹਾਂ ਸਰਦਾਰ ਸਾਹਿਬ ਉਹ ਮੈਂ ਤੈਨੂੰ ਬੜੀ ਚੰਗੀ ਤਰ੍ਹਾਂ ਜਾਣਨਾ ਤੂੰ ਆ ਵੇਖਦਾ ਨਹੀਂ ਆ ਪੀਰ ਦਾ ਡੰਡਿਆ ਵਿਗੜਿਆ ਤੇਗੜਿਆ ਦਾ ਵੇਖ ਤੇ ਸਹੀ ਤਰ੍ਹਾਂ ਚਾ ਡੰਡਾ ਕਾਨੂੰ ਲਾਣ ਦੇ ਚੱਲ ਅੱਛੀ ਦਿਆ ਓਏ ਉਹ ਮੀ ਦਿਆ ਆ ਜਾ ਆ ਜਾ ਤੇਰਾ ਭਾਈ ਬਦਮਾਸ਼ ਨੇ ਜਿਹੜਾ ਇਹਨੂੰ ਤੇ ਕਰ ਲੋ ਕੁਝ ਨਹੀਂ ਸਰਦਾਰ ਆ ਜਾ ਸਰਦਾਰ ਜੀ ਇਹਨੂੰ ਤੇ ਖਿਲਾ ਦੇ ਓਏ ਇਹ ਖਲੋਂਦਾ ਨਹੀਂ ਨਾ ਇਹੋ ਤੇ ਗੱਲ ਹੈ ਸਰਦਾਰ ਜੀ ਮਾਫ ਕਰ ਦਿਓ ਮੈਂ ਤੇ ਕੁਲਫੀਆਂ ਵੇਚ ਲਾ ਬਦਮਾਸ਼ ਤੇ ਤੂੰ ਮੁੜ ਜਾ ਤੈਨੂੰ ਇਹ ਦੱਸਣਾ ਵੀ ਮੁੜ ਕੇ ਤੂੰ ਇਹ ਕਿਹੜੀ ਗੱਲ ਨਾ ਆਖਿਆ ਬਦਮਾਸ਼ ਓ ਨਹੀਂ ਸਰਦਾਰ ਜੀ ਮੈਂ ਜ਼ਿੰਦਗੀ ਵਿੱਚ ਕਿਸੇ ਨੂੰ ਕਦੀ ਆਖਾਂਗਾ ਨਾ ਸਰਦਾਰ ਬਿਲਕੁਲ ਇਹ ਤੇ ਗੱਲ ਮੰਨਣੀ ਨਹੀਂ ਅਸੀਂ ਹੁਣ ਤੂੰ ਜਾਣਦੇ ਜਿਹੜੀ ਤੇਰੇ ਕੋਲ ਸਰਦਾਰ ਜੀ ਦੇਖੋ ਗੱਲ ਸੁਣੋ ਮੇਰੀ ਮੈਂ ਬਦਮਾਸ਼ੀ ਦੱਸ ਕੇ ਬੱਚਿਆਂ ਕੋਲ ਪੈਸੇ ਪੂਏ ਠੱਗਣੇ ਹੁੰਦੇ ਆ ਮੈਂ ਬਦਮਾਸ਼ੀ ਥੋੜਾ ਅੱਛਾ ਤੇ ਤੁਹਾਡੀ ਮਿਹਰਬਾਨੀ ਆ ਮੈਨੂੰ ਛੱਡ ਰੋ ਮੈਂ ਜ਼ਿੰਦਗੀ ਚ ਕਿਸੇ ਨਾਲ ਨਹੀਂ ਆ ਅੱਛਾ ਐ ਡੰਡਾਰੇ ਖਿਲਾਰੋ ਡੰਡਾਰੇ ਖਿਲਾਰੋ
ਡੰਡਾ ਜਿਹੜਾ ਨਾ ਡੰਡਾ ਫਿਰੇਗਾ ਇਹਦਾ ਕੰਮ ਚੱਲੇਗਾ ਨਾ, ਡੰਡਾ ਨੀ ਫਿਰੇਗਾ ਤੇ ਫਿਰ ਤੁਹਾਡੇ ਵਰਗੇ ਬੱਚਿਆਂ ਕੋਈ ਪੈਸੇ ਠੱਗਣ ਵਾਲਾ ਬਦਮਾਸ਼ ਹੈ, ਮੈਂ ਨੀ ਬਦਮਾਸ਼, ਮੈਨੂੰ ਕੁਲਫੀਆਂ ਵੀ ਇਹਨੇ ਸ਼ੁਕਰ ਗਲੀਆਂ ਦੇ ਵਿੱਚ। ਅੱਛਾ ਹਾਂਜੀ, ਤੁਹਾਡੀ ਮਿਹਰਬਾਨੀ, ਚਲੋ ਠੀਕ ਹੋ ਗਿਆ ਫਿਰ, ਮਾਫੀ ਕੀਤੀ ਤੈਨੂੰ, ਮੌਜਾਂ ਲੈ ਯਾਰ, ਮਿਹਰਬਾਨੀ ਸਰਦਾਰ, ਏਡੇ ਮੰਦੇ ਨੀ ਜਿੱਡਾ ਕਿ ਤੂੰ ਸਮਝਣ, ਮੈਨੂੰ ਕੀ ਪਤਾ ਇਸ ਸਰਦਾਰ ਜੀ, ਉਹ ਆਣਾ ਹੋਵੇ ਤੇ ਆਪਣੇ ਆ ਪਿਆਰ ਮੁਹੱਬਤ ਨਾਲ ਉਹ ਪਿਆਰ ਮੁਹੱਬਤ ਨਾਲ ਰਵੋ ਤੇ ਕੜੀ ਛੜੀ ਵਾਲਾ ਕੰਮ ਨਹੀਂ ਸਰਦਾਰਾਂ ਨੇ। ਉਹ ਸਰਦਾਰ ਜੀ, ਸਰਦਾਰ ਜੀ ਮੈਂ ਪਤਾ ਕੀ ਸੋਚਿਆ ਸੀ, ਮੈਂ ਕਿਹਾ ਕੋਈ ਮਾੜਾ ਮੋਟਾ ਬੰਦਾ ਨਾ ਮੈਂ ਡਰਾ ਡਰੂ ਲਾਵਾਂਗਾ, ਤੁਹਾਡੀ ਮਿਹਰਬਾਨੀ ਹੈ ਸਰਦਾਰ ਜੀ, ਮੈਂ ਜ਼ਿੰਦਗੀ 'ਚ ਬਦਮਾਸ਼ੀ ਮੈਂ ਸੋਚਾਂਗਾ ਵੀ, ਮਿਹਰਬਾਨੀ ਸਰਦਾਰ ਜੀ, ਮਿਹਰਬਾਨੀ, ਖੁਦਾ ਹਾਫਿਜ਼, ਤੁਹਾਨੂੰ ਬੂਹੇ ਤੱਕ ਛੱਡ ਆਵਾਂ।